ਮੈਡਮ ਸ਼ਮਸ਼ਾਦ ਮੈਡਮ ਹਾਂਜੀ ਉਹ ਮੈਂ ਨਾ ਆਪਣਾ ਮਹੱਲੇ ਦਾ ਕਸਾਈ ਹੈਗਾ ਆਪਣਾ ਚਾਚਾ ਰਮਜ਼ਾਨ ਹਾਂ ਹਾਂ ਉਹਨੇ ਵੀ ਤਿੰਨ ਚਾਰ ਬੰਦੇ ਮਾਰੇ ਨੇ ਅੱਛਾ ਮੈਂ ਉਹਨੂੰ ਵੀ ਘਰ ਬੁਲਾ ਲਿਆ ਮੈਂ ਕਿਹਾ ਤੁਸੀਂ ਵੀ ਘਰ ਤੇ ਨਜ਼ਰ ਰੱਖਣੀ ਅੱਛੀ ਗੱਲ ਠੀਕ ਹੈ ਕਿ ਉਹਨਾਂ ਦਾ ਆਣਾ ਜਾਣਾ ਫਿਰ ਰਹਿਗਾ ਨਾ ਜਰਾ ਉਹਨਾਂ ਨੂੰ ਲੱਗੇਗਾ ਕਿ ਇਹਨਾਂ ਦਾ ਵੀ ਗਰੁੱਪ ਹੈ ਵੈਰੀ ਗੁੱਡ ਬੰਦਾ ਆ ਕੇ ਫਾਇਰਿੰਗ ਕਰੇ ਜਾਂ ਕੋਈ ਤੜੀ ਤੁੜੀ ਲਾਵੇ ਉਹਨੂੰ ਪਤਾ ਲੱਗੇ ਇਹਨੇ ਬੰਦਿਆਂ ਨਾਲ ਅਰੇਂਜ ਕੀਤਾ ਹੋਇਆ ਠੀਕ ਹੈ ਠੀਕ ਆ ਜਾ ਚਾਚਾ ਰਮਜ਼ਾਨੇ ਆ ਜਾ ਬੁਲਾ ਲਾ ਵੀ ਬੰਦੇ ਆ ਜਿਹੜਾ ਜਿਹੜਾ ਬੰਦਾ ਬਣਵਾਵਾ ਹੀ ਬੁਲਾ ਲਾ ਨਹੀਂ ਪਹਿਲੇ ਨਹੀਂ ਮੈਂ ਤੁਹਾਨੂੰ ਦੱਸਣਾ ਸੀ ਕਿ ਅਸਲ ਜਿਹੜਾ ਬੰਦਾ ਤੜੀਆਂ ਲਾਉਂਦਾ ਹੈ ਇਹਦਾ ਹਸਬੰਡ ਸਹੁਰੇ ਦਾ ਟੈਨਸ਼ਨ ਨਹੀਂ ਲੈਣੀ ਬੇਟੇ ਟੈਨਸ਼ਨ ਨਹੀਂ ਲੈਣੀ ਜਿਸ ਜਿਸ ਕੋ ਬੁਲਵਾਣਾ ਕਤਲ ਕਰਵਾਣਾ ਬੁਲਵਾ ਲੈ ਤੇਰੀ ਬਾਣਗੀ ਤੇਰੀ ਕੀ ਰਮਜ਼ਾਨ ਭਾਈ ਮੈਨੂੰ ਗਾਲ ਨਹੀਂ ਕਰਨੀ ਉਹ ਪਤਾ ਕੀ ਜਿਹਦੇ ਨਾਲ ਦੁਸ਼ਮਣੀ ਹੈ ਨਾ ਤੁਹਾਨੂੰ ਕਦੇ ਐਸੇ ਬੁਲਾਇਆ ਕਿ ਜਦੋਂ ਆ ਕੇ ਤੰਗ ਕਰੇ ਤੁਸੀਂ ਵੀ ਜਰਾ ਸਾਹਮਣੇ ਆ ਜਾਣਾ ਤਾਂ ਕਿ ਅਗਲਾ ਵੀ ਦੇਖ ਕੇ ਘਬਰਾਏ ਥੋੜਾ ਜਿਹਾ ਟੈਨਸ਼ਨ ਨਹੀਂ ਲੈਣੀ ਮੈਂ ਆ ਗਿਆ ਨਾ ਪਰੇਸ਼ਾਨ ਨਹੀਂ ਹੋਣਾ ਜਿਸ ਜਿਸ ਕੋ ਬੁਲਵਾਣਾ ਬੁਲਵਾ ਲੈ ਤੇਰੀ ਬਾਣਗੀ ਤੇਰੀ ਕੀ ਅਬੇ ਬਲਵਾਤਾ ਕਿਉਂ ਨਹੀਂ ਨਪੁੱਤੀ ਲਾਣ ਕੇ ਅਬੇ ਬਲਵਾ ਲੈ ਨਪੁੱਤੀ ਲਾਣ ਕੇ ਇੰਨੀ ਖਰਗੋਸਰੀ ਕੇ ਬੱਚੇ ਪਰ ਤੂੰ ਮੈਂ ਤਿਲ ਲਗਾ ਕੇ ਤੇਰੀ ਬਾਣ ਕੀ ਤੇਰੀ ਕੀ ਜੇ ਪਹਿਲੀ ਗੱਲ ਤੂੰ ਸਮਝ ਨਹੀਂ ਆ ਜੇ ਕੋ ਨਵੀਂ ਕੱਢ ਦਿੰਦਾ ਏ ਬਲਵਾ ਕਿਹੜੀ ਰਾਣ ਦਾ ਬੱਚਾ ਕੀ ਜਾਣਦੇ ਉਹ ਤੋਂ ਦੂਜੂਗਾ ਨਪੁੱਤੀ ਔਰ ਕਰ ਲੈਣੇ ਕਰ ਅਬੇ ਬਲਵਾਤਾ ਕਿਉਂ ਨਹੀਂ ਮੇਰੀ ਟੈਨਸ਼ਨ ਮਰ ਰਹੀ ਜਦ ਤੱਕ ਮੈਂ ਬੰਦਾ ਕਤਲ ਨਾ ਕਰੂੰ ਨਾ ਮੈਨੂੰ ਸਕੂਨ ਨਹੀਂ ਹੁੰਦਾ ਅਬੇ ਬਲਵਾਲੇ ਤੇਰੀ ਬਾਣ ਕੀ ਤੇਰੀ ਕੀ ਅਬੇ ਇੰਨੀ ਖਰਗੋਸਣੀ ਕੇ ਬੱਚੇ ਖੁਸਰੀ ਕੇ ਬੀਜ ਖੁਸਰੀ ਦਾ ਬੀਜ ਕਿਹੜਾ ਹੁੰਦਾ ਵਾ ਪਤਾ ਨਹੀਂ ਇਹਨਾਂ ਅਬੇ ਤੈਂ ਵੀ ਦੇਖੀ ਜਾ ਰਹੀ ਹੈ ਬਲਵਾਤੀ ਨੇ ਨਪੁੱਤੀ ਰਾਣ ਕੀ ਰਮਜ਼ਾਨੀ ਭਾਈ ਗੱਲ ਪਤਾ ਕੀ ਹੈ ਐਵੇਂ ਤੁਸੀਂ ਗਾਲਾਂ ਕੱਢਣ ਡਏ ਹੋ ਬੰਦੇ ਲੜਾਈ ਹੋ ਆਸੇ ਹੋਰ ਨੇ ਅਸਲ ਇਹਦਾ ਬੰਦਾ ਇਹਦੀ ਧੀ ਨੂੰ ਕਹਿੰਦਾ ਕੰਮ ਨਹੀਂ ਕਰਨ ਦੇਣਾ ਫਿਲਮਾਂ 'ਚ ਮੈਂ ਤੁਸੀਂ ਉਹਦੇ ਨਾਲ ਲੜਨਾ ਸਾਡੇ ਨਾਲ ਨਾ ਸਿੱਧੇ ਉਹ ਔਰ ਤੁਸੀਂ ਝਗੜਾ ਕਰਤਾ ਹੈ ਹਾਂ ਜਿਨਖਾ ਸਲਾ ਹਾਂ ਉਹ ਬੰਦੇ ਸੇ ਟੱਕਰ ਲਵੇ ਫਿਰ ਉਸਕਾ ਪੁੱਛੋ ਤੇਰੀ ਬਾਣ ਕੀ ਤੇਰੀ ਕੀ ਅੱਛਾ ਗੱਲ ਉਹਦੀ ਕਰਦਾ ਬਾਣ ਮੇਰੀ ਤੁਣੀ ਆਣ ਦਿਆ ਮੇਰੀਆਂ ਬਾਣਾਂ ਵੀ ਪੁਣੀ ਆਣ ਦਿਆ ਸਲੇ ਕੋ ਧਰਤੀ ਮੈਂ ਗੜ ਦੂੰਗਾ ਧਰਤੀ ਮੈਂ ਧਰਤੀ 'ਚ ਗਾੜ ਦਿਆ ਤੇਰੀ ਬਾਣ ਕੀ ਹੋਇਆ ਯਾਰ ਦੋ ਗੱਲਾਂ ਨਹੀਂ ਕੀਤੀਆਂ ਮੇਰੀ ਸੌ ਦੀ ਬਾਣ ਲੈ ਲਈ ਇਹਨੇ ਮੇਰੀ ਟੈਨਸ਼ਨ ਕੋ ਨਹੀਂ ਜਾਣਦਾ ਕਤਲ ਕਰ ਦੂੰਗਾ ਸਲੱਕਾ ਧਰਤੀ ਮੈਂ ਕਰ ਦੂੰਗਾ ਬਰਜੂਗਾ ਤਿਲ ਲਗਾ ਕੇ ਤੇਰੀ ਬਾਣ ਕੀ ਤੇਰੀ ਕੀ ਮੇਰਾ ਖਿਆਲ ਹੈ ਨਾ ਇਹਦੀ ਆਦਤ ਹੈ ਗੱਲ ਕਹਿਣ ਦੀ ਪਰ ਰਮਜ਼ਾਨੀ ਭਾਈ ਜਦੋਂ ਆਏਗਾ ਨਾ ਉਹਨੂੰ ਫੜਨਾ ਸਾਨੂੰ ਕਾਹਲੀ ਕਰੀ ਜਾਣਾ ਤੇਰੀ ਬਾਣ ਕੀ ਉਹਦੇ ਭਾਵੇਂ ਮੂੰਹ ਦੇ ਚਪੇੜ ਮਾਰੀ ਤੇਰੀ ਮਾਂ ਕੀ ਉਹਦੀਆਂ ਭਾਵੇਂ ਲੱਤਾਂ ਵੜਦੀ ਤੇਰੀ ਖਾਲਾ ਕੀ ਉਹਦੇ ਭਾਵੇਂ ਘਰ ਵੜ ਜਾਈ ਤੇਰੇ ਪੂਰੇ ਖਾਨਦਾਨ ਕੀ ਨਪੂਤੀ ਰਾਣ ਕੇ ਬੱਚੇ ਉਹ ਟੀਰੀ ਖਰਗੋਸ਼ਣੀ ਕੇ ਬੱਚੇ ਉਹ ਦੋ ਖੁਸਰੋ ਕੀ ਔਲਾਦ ਤੇਰੀ ਭਣ ਕੀ ਲੜਾਈ ਹੋਵੇ ਨਾ ਹੋਵੇ ਸਰੈਕੀ ਆ ਗਈ ਤੈ ਵੀ ਮੇਰੀ ਤਰ੍ਹਾਂ ਬੋਲੇ ਤੈ ਮੇਰੇ ਬਾਪ ਕੀ ਗਲਤੀ ਹੈ ਤੇਰੇ ਬਾਪ ਨੇ ਤਾਂ ਖੁਦ ਕਈ ਔਰ ਸੇ ਆਰਡਰ ਬੁੱਕ ਕਰਵਾਇਆ ਥਾ ਤੇਰੀ ਮਾਂ ਕੀ ਲਓ ਜੀ ਇੱਕ ਬਣਦਾ ਹੈ ਤੇਰੀ ਬਣ ਗਈ ਤੇਰੀ ਅੱਛਾ ਇਹ ਜਦੋਂ ਕਹਿੰਦਾ ਗੁੱਸਾ ਲੱਗਦਾ ਅੰਦਰ ਆ ਰੋਟੀ ਪਾਣੀ ਖਾ ਲਓ ਆਓ ਰੋਟੀ ਪਾਣੀ ਆਓ ਰੋਟੀ ਪਾਣੀ ਖਾ ਲਓ ਅੰਦਰ ਬੈਠ ਕੇ ਚਲ ਜਲਦੀ ਜਲਦੀ ਆ ਜਾ ਬੜੇ ਆ ਮੈਂ ਕਿਹਾ ਭੁੱਖੀ ਲੱਗਦੀ ਸਰ ਤੇਜ਼ ਤੋਂ ਰਹਿ ਉਹਦੇ ਆ ਕਿੰਨੇ ਬੰਦੇ ਨੇ ਰੋਟੀਆਂ ਲਾਣੀਆਂ ਉਹਨਾਂ ਦੀਆਂ ਓਏ ਚੱਲ ਤੇਰੀ ਮਾਂ ਦੀ ਇਹਦੇ ਪੰਜਾਬੀ ਨੂੰ ਤਾਂ ਸਿੱਧਾ ਕਹੋ ਕੀ ਜ਼ਮਾਨਾ ਆ ਗਿਆ ਇਨਸਾਨ ਦੀ ਕੋਈ ਵਕਤ ਹੀ ਨਹੀਂ ਰਹੀ ਉਹਦੇ ਹਾਲਾਤ ਕੀ ਖਰਾਬ ਆਉਂਦੇ ਨੇ ਕਿ ਸਾਰੀ ਦੁਨੀਆ ਗੱਲ ਕਰਨ ਆ ਜਾਂਦੀ ਹੈ ਉਹ ਕਾਦਾ ਰੌਲਾ ਪਾਈ ਜਾ ਰਹੀ ਹੈ ਮਾਂ ਤੂੰ ਕੀ ਹੋ ਗਿਆ ਕੀ ਹੋ ਗਿਆ ਕੀ ਰੌਲਾ ਪਾਣਾ ਵੇ ਆਪਣੇ ਹਾਲਾਤਾਂ ਨੂੰ ਰੋਣ ਨਹੀਂ ਆ ਹਾਲਾਤ ਨੂੰ ਹੁਣ ਕਦ ਲਈ ਰੋ ਰਹੀ ਉਸ ਜ਼ਮਾਨੇ 'ਚ ਰੋਣਾ ਸੀ ਜਦੋਂ ਪੈਸੇ ਕਮਾ ਰਹੀ ਸਾਂ ਧੜਾ ਧੜਾ ਆਉਂਦੇ ਸਨ ਉਦੋਂ ਉਜਾੜੀ ਜਾ ਰਹੀ ਸਾਂ ਬਸ ਗਲਤੀ ਹੋ ਗਈ ਨਾ ਇਨਸਾਨ ਹੈ ਗਲਤੀ ਹੋ ਜਾਂਦੀ ਫਿਰ ਹੁੰਦੀ ਹੈ ਤੇ ਫਿਰ ਬਾਅਦ ਵਿੱਚ ਲੋਕਾਂ ਨੂੰ ਦੋਸ਼ ਨਹੀਂ ਦੇਈਦਾ ਹੁੰਦਾ ਹੁਣ ਅਗਰ ਕੋਈ ਦੁਕਾਨਦਾਰ ਤੇਰੇ ਕੋਲੋਂ ਆਪਣੇ ਪੈਸੇ ਲੈਣ ਆਉਂਦਾ ਅਗਲੇ ਨੇ ਸੌਦਾ ਦਿੱਤਾ ਹੁੰਦਾ ਚਾਹ ਤੇ ਗੱਲ ਤੇਰੀ ਠੀਕ ਹੈ ਲੇਕਿਨ ਇੱਕਦਮ ਹਾਲਾਤ ਖਰਾਬ ਹੋ ਗਏ ਮੈਂ ਕਿਹੜਾ ਛੱਡ ਕੇ ਜਾ ਰਹੀ ਆ ਮੈਂ ਦੇ ਹੀ ਦੇਣੇ ਨੇ ਓਏ ਕਿਹੜਾ ਇਤਬਾਰ ਕਰਦਾ ਅੱਜ ਕੱਲ ਕਿਸੇ ਦਾ ਇਤਬਾਰ ਕਰਨਾ ਜ਼ਰੂਰੀ ਹੈ ਤੂੰ ਕੱਲ ਨੂੰ ਅੱਖਾਂ ਮੀਟ ਲਈ ਅਗਲੇ ਪੈਸੇ ਕਿੱਥੇ ਲੈਣ ਜਾਣਗੇ ਇਹ ਕੀ ਗੱਲ ਹੋਈ ਬਲਾਖਾ ਮੀਟ ਮੇਰੀ ਗੱਲ ਸੁਣਾ ਸੁਣਾ ਹੁਣ ਮੈਂ ਜਦੋਂ ਵਿਆਹ ਕੀਤਾ ਵੇ ਮੈਂ ਤੇ ਇਤਬਾਰ ਹੀ ਕੀਤਾ ਨਾ ਉਸ ਬੰਦੇ ਤੇ ਤਮਾਸ਼ਬੀਨ ਨਾਲ ਵਿਆਹ ਕੀਤਾ ਨਾ ਤਮਾਸ਼ਬੀਨ ਦਾ ਇਤਬਾਰ ਨਹੀਂ ਕਰੀਦਾ ਮੌਸਮ ਦਾ ਤੇ ਤਮਾਸ਼ਬੀਨ ਦਾ ਕਦੀ ਇਤਬਾਰ ਨਾ ਕਰੋ ਪਤਾ ਨਹੀਂ ਕਿਹੜੇ ਵੇਲੇ ਬਦਲ ਜਾਣੇ ਜੇ ਗੁਨਾਹ ਕਰਨਗੇ ਤੇ ਕਰੋ ਫਿਰ ਇਹੋ ਜਿਹਾ ਕਿ ਤੁਹਾਨੂੰ ਫਾਇਦਾ ਤੇ ਹੋਵੇ ਉਹਦੇ 'ਚ ਉਹ ਤਾਂ ਗੁਨਾਹ ਵੀ ਬੇਲਜ਼ਤ ਕਰਦੇ ਹੋ
ਉਦੋਂ ਤੇ ਉਹ ਵੀ ਨਾਮਰਾਦ ਹਰ ਵੇਲੇ ਮੇਰੇ ਪੈਰ ਹੀ ਝਟਦਾ ਰਹਿੰਦਾ ਸੀ। ਉਦੋਂ ਤੇਰੇ ਪੈਰਾਂ 'ਚ ਪੈਪਸੀ ਆਉਂਦੀ ਸੀ, ਉਦੋਂ ਤੇ ਬੜਾ ਉਹਦੇ ਕਿ ਘੁੰਮ ਘੁੰਮ ਕੇ ਕਹਿੰਦੀ ਸੀ ਜ਼ਾਲਮਾਂ ਕੋਕਾ ਕੋਲਾ ਪਿਲਾ ਦੇ। ਹੁਣ ਆਪਣਾ ਜ਼ਮਾਨਾ ਗਿਆ, ਵੇਖ ਰੋਣ ਬੈਠ ਕੇ ਇੱਥੇ ਮਾਈ। ਨਹੀਂ ਮੈਂ ਉਹਦੀ ਧੀ ਜੰਮੀ, ਮੈਂ ਕਿਹਾ ਕੋਈ ਖਿਆਲ ਕਰੇਗਾ। ਧੀ ਜੰਮੀ ਇਹਦੇ ਮੁਆਸ਼ਰੇ ਦੇ ਉੱਤੇ ਕਿਹੜਾ ਆਸਾਨ ਕੀਤਾ ਤੂੰ? ਉਹਦੀ ਧੀ ਜੰਮੀ ਜੰਮੀ ਤੂੰ ਕਿਸੇ ਨੂੰ ਇਸ ਗੱਲਾਂ ਕੀ ਮਤਲਬ? ਜਿਹੜੇ ਬੰਦੇ ਬੈਠੇ ਨੇ ਇਹਨਾਂ ਨੂੰ 600 ਰੁਪਈਆ ਬਚਿਆ ਉਹਦੇ ਚੋਂ? ਪਤਾ ਨਹੀਂ ਕਿਹੜੀਆਂ, ਮੇਰੀ ਗੱਲ ਸੁਣਨਾ। ਮੈਂ ਨਾ ਮੈਂ ਉਹਦੇ ਤੇ ਇਤਬਾਰ ਕੀਤਾ ਨਾ, ਚਲੋ ਉਹਨੇ ਮੇਰਾ ਜੋ ਵੀ ਕੀਤਾ ਮੈਂ ਤੇਰੇ ਨਾਲ ਇੱਕ ਮਸ਼ਵਰਾ ਕਰਨਾ। ਨਹੀਂ ਉਹਨੇ ਤੇਰੇ ਨਾਲ ਜੋ ਵੀ ਕੀਤਾ ਕੀ ਕੀਤਾ? ਜਦੋਂ ਜਵਾਨੀ ਤੇਰੇ ਕੋਲ ਪੈਸਾ ਆਇਆ ਸਾਂਭਿਆ ਕਿਉਂ ਨਹੀਂ? ਉਦੋਂ ਤੇ ਤੂੰ ਆਪਣੇ ਪੈਰ ਨਾਲ ਸਿਗਰਟ ਵੀ ਨਹੀਂ ਸੁਝਾਉਂਦੀ, ਉਦੋਂ ਤੇ ਸਿਗਰਟ ਪੀ ਕੇ ਵੀ ਸੁੱਟਦੀ ਸੀ ਮੁੰਡੇ ਨੂੰ, ਵੇ ਮੁੰਡਿਆ ਪੈਰ ਮਾਰੀ ਜ਼ਰਾ। ਮੁੰਡਾ ਦੂਰੋਂ ਆਉਂਦਾ ਸੀ ਵਿਚਾਰੇ ਨੇ, ਨਾਲ ਰੋਟੀ ਫੜੀ ਉਹਨੇ, ਨਾਲ ਉਹਨੇ ਸਿਗਰਟ ਬੁਝਾ ਕੇ ਜਾਣਾ ਹੈ। ਅਤੇ ਹੁਣ ਹਿੰਮਤ ਮੁੱਕ ਗਈ ਹੈ, ਵੇਖ ਲੈ ਕੈਸੀ ਗੱਲ, ਕੁਦਰਤ ਦਾ ਕਾਨੂੰਨ ਵੇਖ। ਉਦੋਂ ਆਪ ਨਹੀਂ ਸੀ ਬੁਝਾਉਂਦੀ, ਹੁਣ ਤੇਰੇ ਕੋਲ ਬੁਝਦਾ ਨਹੀਂ, ਹੁਣ ਲੱਤ 'ਚ ਤਾਕਤ ਨਹੀਂ ਰਹੀ। ਪਹਿਲਾਂ ਤਾਂ ਇੰਨਾ ਸਿਗਰਟ ਛੱਡ ਦਿੰਦੀ ਜਾਂ, ਹੁਣ ਉਹਨਾਂ ਹੀ ਚੁੱਕ ਕੇ ਥੱਲਿਓਂ ਪੀਂਦੀ ਹੈ। ਤੂੰ ਜਿਹੜਾ ਹੈ ਨਾ ਬੜੀ ਗੱਲ ਸਿਆਣੀ ਵੈਸੇ ਕਰਨਾ ਵੇ, ਤੇਰੇ ਨਾਲ ਮੈਂ ਇੱਕ ਮਸ਼ਵਰਾ ਕਰਨਾ ਸੀ। ਕਿਹੜਾ ਮਸ਼ਵਰਾ? ਆਵੇ ਮੇਰੀ ਸਹੇਲੀ ਦਾ ਆਇਆ ਫੋਨ। ਕੀ ਕਹਿੰਦੀ ਹੈ? ਉਹ ਮੈਨੂੰ ਕਹਿ ਰਹੀ ਹੈ ਕਿ ਆਪਣੀ ਧੀ ਨਾਲ ਫਿਲਮਾਂ 'ਚ ਪਾ ਦੇ। ਪਾ ਦੇ? ਉਹ ਫਿਲਮਾਂ 'ਚ ਪਾ ਦੇ, ਮੈਂ ਦਿਆਂਗੀ, ਕੰਮ ਵੀ ਕਰਾ ਲਾਂਗੀ, ਪਰ ਉਹਦਾ ਜਿਹੜਾ ਪਿਓ ਆ ਕੇ ਤੇ ਧਮਕੀਆਂ ਲਾਏਗਾ ਉਹਦਾ ਕੀ? ਧਮਕੀ ਕਿਹੜੀ ਲਾਏਗਾ? ਜਿਹੜਾ ਬੰਦਾ ਆਪਣੀ ਧੀ ਨੂੰ ਲੈ ਕੇ ਨਹੀਂ ਗਿਆ ਉਹ ਕਿੱਡਾ ਕੁ ਗੈਰਤਮੰਦ ਹੋਏਗਾ? ਜਿਹਨੇ ਧੀ ਕੋਠੇ 'ਤੇ ਜੰਮੀ ਕਿੱਡਾ ਗੈਰਤਮੰਦ ਹੋਏਗਾ? ਹੁਣ ਤੈਨੂੰ ਆ ਕੇ ਇਸ ਗੱਲ ਤੋਂ ਗੋਲੀ ਮਾਰੇਗਾ? ਗੋਲੀ ਹੋਲੀ ਨਹੀਂ ਮਾਰੇਗਾ, ਆ ਕੇ ਤੈਨੂੰ ਡਰਾਏਗਾ ਜ਼ਰੂਰ, ਆਪਣੀ ਗੈਰਤ ਦੇ ਕਿੱਸੇ ਜ਼ਰੂਰ ਸੁਣਾਏਗਾ, ਲੇਕਿਨ ਜਾਣ ਲੱਗੇ ਇੰਝ ਰਹੇਗਾ ਜਿਵੇਂ ਬੰਦੇ ਨੂੰ ਲੁੱਡੋ ਜੀ 99 ਤੇ ਡੰਗ ਨਹੀਂ ਪੈਂਦਾ, ਟੰਮ ਚਾਰ 'ਤੇ ਆਉਂਦਾ ਜੀ। ਇਹ ਤਮਾਸ਼ਬੀਨ ਵੀ ਇੰਝ ਹੀ ਹੁੰਦੇ ਨੇ, ਗੈਰਤ ਦੀ ਗੱਲ ਇੰਝ ਕਰਦੇ ਨੇ, ਮੁੜ ਕੇ ਇੱਕਦਮ ਥੱਲੇ ਆ ਜਾਂਦੇ ਨੇ। ਗੱਲ ਤੂੰ ਮੈਨੂੰ ਬੜੀ ਸੋਹਣੀ ਕਰ ਰਿਹਾ, ਜਦੋਂ ਮੈਂ ਪਰੇਸ਼ਾਨ ਹੋਣੀ ਹੈ ਨਾ ਤੂੰ ਮੈਨੂੰ ਹਸਾ ਦੇਣਾ ਵੇ। ਇਹ ਹਸੇ ਵਾਲੀ ਤਾਂ ਗੱਲ ਹੀ ਨਹੀਂ ਸੀ, ਤੂੰ ਬੜਾ ਹੀ ਸੋਹਣਾ ਹੈ ਵੇ। ਇਹ ਘੱਟ ਤੂੰ ਹੀ ਨਹੀਂ, ਇਹ ਪਿਓ ਦਾ ਮਾਲ ਹੈ, ਜਦੋਂ ਦਿਲ ਕਰਦਾ ਪੁੱਟਣ ਲੱਗ ਪੈਂਦੀ। ਆਪਣੀ ਕੁੜੀ ਨੂੰ ਤੁਸੀਂ ਪਾਓ ਫਿਲਮਾਂ 'ਚ, ਠੀਕ ਹੈ? ਕੋਈ ਐਸੇ ਮਸਲੇ ਵਾਲੀ ਗੱਲ ਹੀ ਨਹੀਂ ਹੈ। ਤੇਰਾ ਕੰਮ ਇਹ ਹੀ ਹੈ, ਤੇਰੇ ਤੋਂ ਇਸ ਤੋਂ ਇਲਾਵਾ ਤੈਨੂੰ ਕਿਸੇ ਨੇ ਨਾ ਕੁੜੀ ਲੈ ਕੇ ਦੇਣੀ ਵਿਆਹ ਕੇ, ਨਾ ਤੇਰੇ ਬੰਦੇ ਨੇ ਗੈਰਤ ਖਾ ਕੇ ਤੈਨੂੰ ਪੈਸੇ ਦੇਣੇ। ਬਸ ਇਹੀ ਪਰੇਸ਼ਾਨੀ, ਆਪਣੀ ਕੁੜੀ ਨੂੰ ਫਿਲਮਾਂ 'ਚ ਪਾ, ਠੀਕ ਹੈ? ਨਾਲ ਦੋ ਗਨਮੈਨ ਰੱਖ ਲੈ ਘਰ 'ਚ, ਗਨਮੈਨ, ਦੋ ਮਾਸਟਰ ਰੱਖ ਘਰ 'ਚ ਕੁੜੀ ਦੀ, ਥੋੜੀ ਜਿਹੀ ਟ੍ਰੇਨਿੰਗ ਕਰਾ, ਫਿਰ ਤੇਰੇ ਘਰ ਪੈਸਾ ਕਿਸ ਤਰ੍ਹਾਂ ਆਉਂਦਾ? ਅੱਛਾ, ਹਾਂ ਤਾਂ ਫਿਰ ਕੋਈ ਕਰੀਏ, ਲੇਕਿਨ ਅੱਗੋਂ ਸਾਂਭ ਲਈ ਹੁਣ। ਨਹੀਂ ਸਾਂਭ ਨਾ, ਮੁੜ ਕੇ ਧੀ ਲੈ ਕੇ ਵੀ ਲੂਰ ਲੂਰ ਫਿਰਦੀ ਰਹੇ ਤੇ ਲੱਭੇ ਕੁਛ ਵੀ ਨਾ। ਨਹੀਂ ਨਹੀਂ, ਜੋ ਮੈਂ ਸਬਕ ਹਾਸਲ ਕਰ, ਧੀ ਨੂੰ ਵੀ ਸਮਝਾ ਦਈ ਐਵੇਂ ਕਿਸੇ ਚਨੋਟ ਦੇ ਬੰਦੇ ਨਾਲ ਫਸ ਕੇ ਵਿਆਹ ਹੀ ਨਾ ਕਰ ਲਵੇ, ਉਹ ਐਵੇਂ ਕਿਸੇ ਦਾ ਸੋਹਣਾ ਸੋਫਾ ਵੇਖ ਕੇ ਕਹਿੰਦੀਆਂ ਹੈ ਬੜਾ ਅੱਛਾ ਬਣਾਇਆ ਜੇ। ਇਹੋ ਜਿਹੀ ਗੱਲ ਨਹੀਂ ਹੈਗੀ, ਜੋ ਗਲਤੀ ਮੇਰੇ ਕੋਲ ਹੋਈ ਹੈ ਉਹ ਮੈਂ ਆਪਣੀ ਧੀ ਨੂੰ ਨਹੀਂ ਕਰਨ ਦਿਆਂ। ਜੀ ਇਹ ਨਾਲ ਦੇ ਹਸਪਤਾਲ ਲਈ ਦਾਖਲ ਆ ਜੀ, ਤੇ ਉੱਧਰ ਜਾ। ਨਹੀਂ ਜੀ, ਗੁਰਦੇ ਮੇਰੇ ਨਹੀਂ ਕੰਮ ਕਰਦੇ। ਅੱਛਾ, ਮਿਲਦਾ ਮੇਰਾ ਨਹੀਂ ਕੰਮ ਕਰਦਾ, ਇੱਥੇ ਦਵਾਈ ਲੈਣਾ ਹੈ, ਜਿਗਰ ਮੇਰਾ ਕੰਮ ਨਹੀਂ ਕਰਦਾ। ਮੈਂ ਬਾਹਰ ਸੜਕਾਂ ਤੇ ਮੰਗੋ, ਇੱਥੇ ਘਰਾਂ 'ਚ ਨਹੀਂ ਵੜੀਦਾ ਹੁੰਦਾ, ਚਲੋ ਜਾਓ। ਉਹ ਭਾਈ ਜੀ ਮੈਂ ਮੰਗਣ ਵਾਲਾ ਨਹੀਂ, ਹਾਂ ਮੈਂ ਤੇ ਦਾਖਲ ਹੋਇਆ ਸਾਂ ਆਇਆ। ਅੱਛਾ, ਸੱਤਾਂ ਦਾਖਲ ਤੇ ਇੱਧਰ ਕੀ ਲੈਣ ਆ ਗਿਆ ਨੂੰ? ਭਾਈ ਜੀ ਮੇਧਾ ਮੇਰਾ ਨਹੀਂ ਕੰਮ ਕਰਦਾ। ਅੱਛਾ, ਜਿਗਰ ਮੇਰਾ ਨਹੀਂ ਕੰਮ ਕਰਦਾ। ਅੱਛਾ, ਗੁਰਦੇ ਮੇਰੇ ਨਹੀਂ ਕੰਮ ਕਰਦੇ, ਉਹ ਮੇਰਾ ਨਹੀਂ ਕੰਮ ਕਰਦਾ, ਦਿਮਾਗ ਮੇਰਾ ਨਹੀਂ ਕੰਮ ਕਰਦਾ। ਅੱਛਾ, ਹੁਣ ਦਿਮਾਗ ਹੀ ਨਹੀਂ ਕਿਹਾ ਜਾਣ ਦਿਆ ਤੇਰੇ ਕੋਲ? ਹਾਂਜੀ। ਅੱਛਾ, ਤੇ ਮੈਨੂੰ ਪਤਾ ਲੱਗਾ ਇੱਥੇ ਨਵੀਂ ਕੁੜੀ ਆਈ ਹੈ। ਮੈਂ ਮਰ ਜਾਣਾ, ਪਰ ਡਾਕਟਰਾਂ ਨੇ ਮੈਨੂੰ ਬੜੇ ਟੀਕੇ ਲਾਏ ਨੇ, ਅਸੀਂ ਕੀ ਕਰੀਏ? ਇੱਕ ਮੈਂ ਵੀ ਲਾਣਾ ਚਾਹੁੰਦਾ। ਸਾਡੇ ਸਿਰ ਕਿਉਂ ਚੜਨ ਡਿਆ? ਮਰੇ ਉਧਰ ਬਾਹਰ ਜਾ ਕੇ ਰੂੜੀ ਤੇ ਮਰ। ਉਹ ਮੈਂ ਮਰ ਜਾਣਾ ਭਾਜੀ, ਆ ਹੱਥ ਲਾਓ। ਠੰਡਾ ਪਿਆ ਸਾਲਿਆ, ਇਹੀ ਮੈਂ ਕਹਿਣ ਡਿਆ, ਮੈਨੂੰ ਗਰਮ ਕਰ ਦਿਓ ਯਾਰ। ਮੇਰਾ ਗਲਾ ਖੁਸ਼। ਉਹ ਭਾਜੀ ਮੈਂ ਉਹ ਗੋਲੀ ਖਾ ਲਈ ਹੈ। ਕਿਹੜੀ? ਉਹ ਜਿਹੜੀ ਉਬਲਦੀ।
ਡਿਸਪਲੇ ਖਾ ਕੇ ਮਰਨ ਵਾਲਾ ਆਇਆ ਤੂੰ? ਉਹ ਬਸ ਡਾਕਟਰ, ਡਾਕਟਰਾਂ ਨੇ ਕਿਹਾ ਗੁੱਦੇ ਤੇਰੇ ਨਹੀਂ ਕੰਮ ਕਰਦੇ। ਅੱਛਾ, ਮੇਦਾ ਮੇਰਾ ਨਹੀਂ ਕੰਮ ਕਰਦਾ? ਉਹ ਤੇਰਾ ਨਹੀਂ ਕੰਮ ਕਰਦਾ, ਦਿਮਾਗ ਸਾਨੂੰ ਪਤਾ ਲੱਗ ਗਿਆ। ਚਲੋ ਬਾਹਰ ਨਿਕਲੋ। ਏਡੀ ਗੈਰਤ ਖਾਣ ਲਿਆ ਤੇਰੀ ਭੈਣ ਲਫਾਕਾ ਸ਼ਫਾਕਤ ਹੈ ਬਾਹਰ, ਮੈਨੂੰ ਚੁੱਕ ਕੇ ਬਾਹਰ ਸੁੱਟ ਸਾਲੇ। ਓਏ ਅਸੀਂ ਮੁਸੱਲੀ ਕਦੀ ਨਹੀਂ ਮਾਰੇ। ਚੱਲ ਆਪਣੇ ਮਜ਼ਹਬ ਦੇ ਹਿਸਾਬ ਨਾਲ ਪੜ੍ਹ ਲਾ ਜੋ ਪੜ੍ਹਨਾ। ਓਏ ਮੈਂ ਤਾਂ ਕਹਿੰਦਾ ਕੋਈ ਗੰਦੀ ਦੀਵਾਰ ਪੜ੍ਹ ਲਾ। ਉੱਠ ਤੋਂ ਉੱਠ ਭਾਜੀ, ਓਏ ਉੱਠ ਭਾਜੀ, ਉੱਠ ਭਾਜੀ, ਗੁਰਦੇ ਮੇਰੇ ਨਹੀਂ ਕੰਮ ਕਰਦੇ। ਆ ਜਾ ਹੁਣ ਸਾਰੇ ਕਰਨਗੇ, ਆ ਜਾ। ਤੇਰੇ ਗੁਰ, ਤੇਰੇ ਗੁਰਦੇ ਕੰਮ ਨਹੀਂ ਕਰਦੇ, ਸਾਡੇ ਕਪੂਰੇ ਵੀ ਨਹੀਂ ਕਰਦੇ ਬੇਫਿਕਰ। ਮੈਂ ਮਰ ਜਾਣਾ ਅੱਛਾ ਆਪਸ ਦੀ ਗੱਲ ਇਹ ਟਾਂਕੇ ਨਹੀਂ ਤਰੋਪੇ ਲੱਗੇ ਯਾਰ, ਔਰ ਸੂਈ ਨਾਲ ਨਹੀਂ ਕਿਸੇ ਨੇ ਸੂਆ ਨਾਲ ਸੀ ਆ। ਇਹਨੇ ਬੁਰੇ ਵੇਲੇ ਲਈ ਨਹੀਂ ਜਗ੍ਹਾ ਬਣਾਈ ਆ। ਇਹ ਭਾਜੀ ਜ਼ਿਆਦਤੀ ਹੈ, ਇਹ ਮੁੰਡੇ ਬਾਲ ਟੈਂਪਰਿੰਗ ਕਰ ਰਹੇ ਨੇ। ਭਾਣੇ ਹਾਂਜੀ, ਜੇ ਇਹੋ ਜਿਹੇ ਬੰਦੇ ਚਕਾਉਣੇ ਤਾਂ ਛੇ ਤਰੀਕੇ ਵਾਲਾ ਮੋਟਰਸਾਈਕਲ ਲੈ ਦੇ। ਬਗੈਰਤ ਆਦਮੀ, ਮੇਰਾ ਰੰਗ ਨਹੀਂ ਵੇਖ ਰਿਹਾ, ਮੈਨੂੰ ਹੀ ਕਹਿ ਰਿਹਾ ਮੈਂ ਵੀ ਗੋਲੀ ਖਾਧੀ ਹੈ, ਉਹ ਹਯਾ ਕਰ। ਹਾਂਜੀ ਆ ਕਰ ਗੱਲ। ਅੱਛਾ ਅੱਜ ਤੇਰੀ ਗੈਰਤ ਜਾਗ ਰਹੀ ਹੈ? ਉਦੋਂ ਤੇਰੀ ਗੈਰਤ ਕਿਤੇ ਸੀ ਜਦੋਂ ਤੁਸੀਂ ਭੁੱਕੀਆਂ ਮਾਰ ਰਹੀਆਂ ਸਾਂ, ਕਰਜ਼ਦਾਰ ਸਾਡੇ ਬੂਹੇ ਤੇ ਆ ਕੇ ਬੋਲਣ ਡਿਆ ਸਰ। ਉਹ ਤੂੰ ਜਿੱਡਾ ਵੀ ਚੋਂਦੀ ਹੈ, ਤੂੰ ਆ ਸਾਹਮਣੇ ਕੌਣ ਚੌਧਰੀ ਫਾਇਰਿੰਗ ਕਰੇਗਾ ਤੂੰ? ਮੇਰਾ ਨਾ ਦੱਸ। ਅੱਛਾ ਬਰਫ ਲੈਣ ਗਿਆ ਹੋਇਆ। ਅੱਛਾ ਠੀਕ ਹੈ ਠੀਕ ਹੈ, ਆ ਜਾ ਤੂੰ ਆ। ਉਹ ਤੂੰ ਇੱਕ ਵਾਰੀ ਆ ਕੇ ਤੇ ਵਹਾ, ਮੈਂ ਤੈਨੂੰ ਨਿਪੜ ਲਾਂਗੀ। ਕੌਣ ਹਲਾ ਕੀ ਹੋਇਆ? ਆ ਚੌਧਰੀ ਧਮਕੀਆਂ ਨਾ। ਆਇਆ ਸਿੱਧੀ ਦੱਸੀ ਕੀ ਕਹਿੰਦਾ ਚੌਧਰੀ? ਕਹਿੰਦਾ ਮੈਂ ਫਾਇਰਿੰਗ ਕਰਾਂਗਾ ਇੱਥੇ ਆ ਕੇ। ਕਦੋਂ? ਮੰਗਲ ਨੂੰ। ਮੈਂ ਤੈਨੂੰ ਪਿਆਰ ਨਾਲ ਸਮਝਾ ਰਹੀ ਹਾਂ, ਸਮਝ ਜਾ ਮੇਰੀ ਗੱਲ। ਇਹ ਮੇਰਾ ਛੋਟਾ ਕੀ ਕਹਿ ਰਿਹਾ, ਕੀ ਹੋਇਆ? ਉਹ ਚੌਧਰੀ ਧਮਕੀਆਂ ਲਾ ਰਿਹਾ ਵੇ। ਕੀ ਕਹਿੰਦਾ? ਕਹਿੰਦਾ ਮੈਂ ਇੱਥੇ ਆ ਕੇ ਗੋਲੀਆਂ ਮਾਰਾਂਗਾ। ਗੋਲੀਆਂ ਮਾਰੇਗਾ? ਹਾਂ। ਮੇਰਾ ਹਿਸਾਬ ਕਰ ਦਿਓ, ਪਿੰਡ ਮੇਰੀ ਭੈਣ ਮਾਰ ਗਈ ਕਿ ਮੈਂ ਜਾਣਾ। ਲੇਕਿਨ ਭਾਵੇਂ ਮੇਰੀ ਭੈਣ ਮਰ ਗਈ ਹੈ, ਲੇਕਿਨ ਤੈਨੂੰ ਨਹੀਂ ਮਰਨ ਦਿਆਂਗਾ ਮੈਂ। ਉਹਨੂੰ ਕਹਿ ਆ ਇੱਥੇ। ਆ ਮੈਂ ਕਹਿ ਰਿਹਾ। ਉਹਨੂੰ ਕਹਿ ਪਿਓ ਦਾ ਦੁੱਧ ਪੀਤਾ ਹੀ ਤੇ ਆ ਇੱਥੇ। ਤੂੰ ਆ ਤੇ ਸਹੀ, ਇੱਕ ਵਾਰੀ ਨਿਭੜ ਲਾਂਗੀ ਮੈਂ ਤੇਰੇ ਨਾਲ। ਆ ਤੂੰ ਇਹਦੀ ਉਹ ਰਮਜ਼ਾਨੀ ਨਾਲ ਗੱਲ ਕਰਾ ਦੇਣਾ, ਤਿੰਨ ਵਾਰੀ ਕਹਿੰਦਾ ਤੇਰੀ ਬਾਣ ਕੀ ਇਹਨੇ ਬੰਦ ਕਰ ਦੇਣਾ। ਚਾਹਲ ਆਦਮੀ ਆ ਜਾ ਵੇ ਫਿਰ ਇੱਥੇ ਵੇਖੀ ਜਾਏ। ਖੈਰ ਇਹਨਾਂ ਮਾਲਕ ਰਮਜ਼ਾਨੀ ਭਾਈ ਇਧਰ ਖਿਆਲ ਕਰਨੀ, ਫੋਨ ਇਧਰ ਰਮਜ਼ਾਨੀ ਨੂੰ ਚੁਕਾਓ। ਠੀਕ ਹੈ, ਉਹ ਜਿਹੜਾ ਕਹਿੰਦਾ ਨਕੁੱਤੀ ਲਾਣ ਕੇ ਬੱਚੇ ਫਿਰ ਲੱਗੇਗਾ ਪਤਾ। ਨਕੁੱਤੀ ਲਾਣ ਕੇ? ਅੱਛਾ